ਵੈਲਕਮ ਟੂ ਆਲ ਆਪਣੇ ਚੈਨਲ ਮਾਈਗ੍ਰੇਟ ਪ੍ਰੋਪਰਟੀਜ਼ ਐਂਡ ਟਰੈਵਲ ਤੇ ਸੋ ਅੱਜ ਆਪਾਂ ਬਹੁਤ ਜ਼ਰੂਰੀ ਇਨਫੋਰਮੇਸ਼ਨ ਲੈ ਕੇ ਆਏ ਆ ਜਿਹੜੀ ਸਭ ਦੇ ਲਈ ਬਹੁਤ ਜ਼ਰੂਰੀ ਹੁੰਦੀ ਆ ਰਜਿਸਟਰੀ ਦੇ ਰਿਗਾਰਡਿੰਗ ਜਿਵੇਂ ਕਿ ਜ਼ਿਆਦਾਤਰ ਲੋਕਾਂ ਨੂੰ ਆਪਾਂ ਨੂੰ ਪਤਾ ਆ ਵੀ ਰਜਿਸਟਰੀ ਪਤਾ ਨਹੀਂ ਹੁੰਦਾ ਵੀ ਕਿਵੇਂ ਪੜ੍ਹਨੀ ਆ ਉਹਦੇ ਵਿੱਚ ਕਿਹੜੀਆਂ ਮੇਨ ਚੀਜ਼ਾਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਨੂੰ ਧਿਆਨ ਕਰਨਾ ਚਾਹੀਦਾ ਜਦੋਂ ਆਪਾਂ ਰਜਿਸਟਰੀ ਕੋਈ ਵੀ ਕਰਵਾ ਰਹੇ ਆ ਚਾਹੇ ਪਲਾਟ ਲੈ ਰਹੇ ਆ ਖਰੀਦ ਰਹੇ ਆ ਚਾਹੇ ਘਰ ਖਰੀਦ ਰਹੇ ਆ ਚਾਹੇ ਕੋਈ ਸ਼ੋਰੂਮ ਮਨ ਲਓ ਕਿ ਐਗਰੀਕਲਚਰ ਜੇ ਰੈਜੀਡੈਂਸ਼ੀਅਲ ਕੋਈ ਵੀ ਪ੍ਰਾਪਰਟੀ ਆਪਾਂ ਕੋਈ ਆਪਣੀ ਸੇਲ ਕਰ ਰਹੇ ਆ ਜਾਂ ਪਰਚੇਜ਼ ਵੀ ਕਰ ਰਹੇ ਆ ਤਾਂ ਆਪ ਨੂੰ ਕਿਹੜੀਆਂ ਮੇਨ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਉਹਨਾਂ ਦੇ ਵਿੱਚ ਉਹਨਾਂ ਦੇ ਬਾਰੇ ਦੱਸਾਂਗੇ ਨਾਲ ਨਾਲ ਆਪਾਂ ਤੁਹਾਨੂੰ ਸਕਰੀਨ ਤੇ ਸਾਰਾ ਦਿਖਾਵਾਂਗੇ ਵੀ ਕਿਹੜੇ-ਕਿਹੜੇ ਮੇਨ ਚੀਜ਼ਾਂ ਹੁੰਦੀਆਂ ਜਦੋਂ ਆਪਾਂ ਕੋਈ ਰਜਿਸਟਰੀ ਕਰਾ ਰਹੇ ਹੁੰਦੇ ਆ ਆਪ ਨੂੰ ਧਿਆਨ ਰੱਖਣਾ ਚਾਹੀਦਾ ਹੈ ਤੇ ਰਜਿਸਟਰ ਨੂੰ ਆਪਾਂ ਚੈੱਕ ਕਿਵੇਂ ਕਰ ਸਕਦੇ ਆ ਆਨਲਾਈਨ ਉਸ ਦੇ ਬਾਰੇ ਵੀ ਦੱਸਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਇਹ ਦੱਸਣ ਜਾ ਰਹੇ ਆ ਕਿ ਜੇ ਤੁਸੀਂ ਆਪਦੀ ਕੋਈ ਰਜਿਸਟਰੀ ਕਰਵਾਈ ਆ ਰੀਸੈਂਟ ਤਾਂ ਉਸ ਨੂੰ ਤੁਸੀਂ ਆਨਲਾਈਨ ਚੈੱਕ ਕਿਵੇਂ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਵੀ ਜਿਵੇਂ ਤੁਸੀਂ ਕੋਈ ਵੀ ਰਜਿਸਟਰੀ ਆਪਣੀ ਕੋਈ ਪਲਾਟ ਲਿਆ ਹੈ ਬਾਇ ਕੀਤਾ ਜਾਂ ਆਪਣਾ ਕੋਈ ਘਰ ਲਿਆ ਹੈ ਰੈਡੀ ਟੂ ਮੂਵ ਤੇ ਤੁਹਾਡੀ ਰਜਿਸਟਰੀ ਹੋ ਜਾਂਦੀ ਹੈ ਕਚੈਰੀ ਦੇ ਵਿੱਚ ਜਾ ਕੇ ਤਹਿਸੀਲਦਾਰ ਦੇ ਸਾਹਮਣੇ ਤੇ ਉਸ ਤੋਂ ਕੁਝ ਦਿਨਾਂ ਬਾਅਦ 2 ਜਾਂ 3 ਦਿਨਾਂ ਦੇ ਬਾਅਦ ਤੁਹਾਨੂੰ ਇੱਕ ਸਰਟੀਫਾਈਡ ਕਾਪੀ ਮਿਲਦੀ ਆ ਉਹ ਸਰਟੀਫਾਈਡ ਕਾਪੀ ਤੁਸੀਂ ਆਪਣੇ ਏਰੀਆ ਦਾ ਜਿਹੜਾ ਪਟਵਾਰੀ ਹੁੰਦਾ ਆ ਉਹਦੇ ਕੋਲ ਤੁਸੀਂ ਜਮ੍ਹਾਂ ਕਰਾਣੀ ਹੁੰਦੀ ਹੈ ਜਾ ਕੇ ਤਾਂ ਉਹ ਉੱਥੇ ਜਮ੍ਹਾਂ ਕਰਾ ਕੇ ਉਹ ਆਨਲਾਈਨ ਤੁਹਾਡਾ ਜਿਹੜਾ ਹੁੰਦਾ ਕੰਪਿਊਟਰ ਦੇ ਉੱਪਰ ਰਿਕਾਰਡ ਚੜਾ ਦਿੰਦਾ ਹੈ ਤਾਂ ਫਿਰ ਤੁਸੀਂ ਆਨਲਾਈਨ ਉਹਨੂੰ ਚੈੱਕ ਕਰ ਸਕਦੇ ਹੋ ਸੋ ਸਭ ਤੋਂ ਪਹਿਲਾ ਸਟੈਪ ਇਹ ਹੈ ਵੀ ਤੁਸੀਂ ਜਦੋਂ ਆਨਲਾਈਨ ਚੈੱਕ ਤਾਂ ਹੀ ਕਰ ਸਕਦੇ ਹੋ ਜੇ ਤੁਸੀਂ ਸਰਟੀਫਾਈਡ ਕਾਪੀ ਪਟਵਾਰੀ ਨੂੰ ਆਪਣੀ ਦਿੱਤੀ ਹੈ ਜਦੋਂ ਤੁਸੀਂ ਕੋਈ ਰਜਿਸਟਰੀ ਕਰਵਾਈ ਹੈ ਕੋਈ ਆਪਣਾ ਪਲਾਟ ਜਾਂ ਘਰ ਬਾਇ ਕੀਤਾ ਹੈ ਤੇ ਜਦੋਂ ਤੁਸੀਂ ਉਹਨੂੰ ਸਰਟੀਫਾਈਡ ਕਾਪੀ ਨੂੰ ਪਟਵਾਰੀ ਕੋਲ ਦਰਜ ਕਰਵਾ ਦਿੱਤਾ ਹੈ ਤਾਂ ਪਟਵਾਰੀ ਉਸ ਨੂੰ ਆਨਲਾਈਨ ਰਿਕਾਰਡ ਦੇ ਉੱਪਰ ਚੜਾ ਦੇਗਾ ਫਿਰ ਜਿਵੇਂ ਹੁਣ ਦਾਪੋ ਸਾਈਟ ਤੇ ਤੁਹਾਨੂੰ ਦੱਸ ਰਹੇ ਹਾਂ ਤੁਸੀਂ ਪੰਜਾਬ ਸਰਕਾਰ ਦੀ ਸਾਈਟ ਹੈ ਜੀ ਪੀ ਆਰ ਐਲ ਐਸ ਜਿਵੇਂ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਸੋ ਇਹ ਪੰਜਾਬ ਸਰਕਾਰ ਦੀ ਸਾਈਟ ਆ ਪੀ ਆਰ ਐਲ ਐਸ ਜਦੋਂ ਤੁਸੀਂ ਪੀ ਆਰ ਐਲ ਐਸ ਤੇ ਰਾਈਟ ਡਾਊਨ ਕਰੋਗੇ ਤਾਂ ਸਭ ਤੋਂ ਉੱਪਰ ਜਿਹੜੇ ਕਲਿੱਕ ਕਰੋਗੇ ਤਾਂ ਇਸ ਤਰ੍ਹਾਂ ਦਾ ਇੱਕ ਫਰਦ 그린 ਬਾਕਸ ਦੇ ਵਿੱਚ ਫਰਦ ਲਿਖਿਆ ਆਏਗਾ ਤੇ ਫਿਰ ਤੁਸੀਂ ਇਸ ਤੋਂ ਬਾਅਦ ਫਰਦ ਤੇ ਕਲਿੱਕ ਕਰਨਾ ਹੈ ਤੁਸੀਂ ਜਦੋਂ ਫਰਦ ਤੇ ਕਲਿੱਕ ਕਰੋਗੇ ਫਿਰ ਇਸ ਤਰ੍ਹਾਂ ਦਾ ਇੱਕ ਪੇਜ ਤੁਹਾਡੇ ਸਾਹਮਣੇ ਓਪਨ ਹੋ ਜਾਏਗਾ ਜਿਸ ਦੀ ਸਾਈਡ ਦੇ ਉੱਪਰ ਹੋਮ ਉਸ ਤੋਂ ਬਾਅਦ ਫਿਰ ਸਾਰਾ ਤੁਹਾਡਾ ਸਟੇਟਸ ਆ ਜਾਏਗਾ ਜੇ ਤੁਸੀਂ ਆਪਣੀ ਕੋਈ ਜਮਾਂ ਮੰਦੀ ਦੇਖਣਾ ਚਾਹੁੰਦੇ ਹੋ ਆਪਣਾ ਕੋਈ ਇੰਤਕਾਲ ਦੇਖਣਾ ਚਾਹੁੰਦੇ ਹੋ ਜਾਂ ਵੀ ਆਪਣੀ ਕੋਈ ਹੋਰ ਵੀ ਰਜਿਸਟਰੀ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਦੇਖਣਾ ਚਾਹੁੰਦੇ ਹੋ ਜਾਂ ਕਿਸੇ ਫਰਦ ਚੈੱਕ ਕਰਨਾ ਚਾਹੁੰਦੇ ਤੁਸੀਂ ਇਸ ਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਸੋ ਆਪਾਂ ਗੱਲ ਕਰ ਰਹੀ ਸੀ ਰਜਿਸਟਰੀ ਦੀ ਯੂਦੀ ਪਟਵਾਰੀ ਨੂੰ ਆਪਣੀ ਸਰਟੀਫਾਈਡ ਕਾਪੀ ਦਿੱਤੀ ਆ ਤਾਂ ਤੁਸੀਂ ਆਪਣੀ ਰਜਿਸਟਰੀ ਨੂੰ ਜੇ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੰਤਕਾਲ ਤੇ ਕਲਿੱਕ ਕਰੋਗੇ ਜਿਵੇਂ ਤੁਸੀਂ ਦੇਖ ਰਹੇ ਹੋ ਸੋ ਇਸ ਤਰ੍ਹਾਂ ਇਹ ਓਪਨ ਹੋ ਜੇਗੀ ਸਾਈਟ ਇਸ ਤੋਂ ਬਾਅਦ ਤੁਸੀਂ ਆਪਣਾ ਇਸ ਨੂੰ ਦੋ ਤਿੰਨ ਤਰੀਕਿਆਂ ਦੇ ਨਾਲ ਚੈੱਕ ਕਰ ਸਕਦੇ ਹੋ ਰਜਿਸਟ੍ਰੇਸ਼ਨ ਨੰਬਰ ਪਾ ਕੇ ਚੈੱਕ ਕਰ ਸਕਦੇ ਹੋ ਵਸਿਕਾ ਨੰਬਰ ਪਾ ਕੇ ਚੈੱਕ ਕਰ ਸਕਦੇ ਹੋ ਸੋ ਜੇ ਤੁਸੀਂ ਵਸੀਕਾ ਨੰਬਰ ਪਾ ਕੇ ਚੈੱਕ ਕਰਨੇ ਹੋ ਤੇ ਜੇ ਵਸੀਕੇ ਦੇ ਉੱਪਰ ਬਲੂ ਡਾਟ ਲੱਗਾ ਹੈ ਉੱਥੇ ਇੱਥੇ ਰਹਿਣ ਦੇਣਾ ਇਸ ਤੋਂ ਬਾਅਦ ਤੁਸੀਂ ਆਪਣਾ ਜ਼ਿਲ੍ਹਾ ਸਿਲੈਕਟ ਕਰਨਾ ਹੈ ਜੋ ਵੀ ਤੁਹਾਡਾ ਜ਼ਿਲ੍ਹਾ ਮੰਨ ਲਓ ਆਪਾਂ ਸਪੋਜ਼ ਕਰੋ ਆਪਾਂ ਪਟਿਆਲਾ ਕਲਿੱਕ ਕਰ ਲੈਨੇ ਆ ਇਸ ਤੋਂ ਬਾਅਦ ਤੁਸੀਂ ਤਹਿਸੀਲ ਚੈੱਕ ਕਰਨੀ ਹੈ ਰਾਈਟ ਡਾਉਨ ਕਰਨੀ ਹੈ ਜਿਹੜੀ ਵੀ ਤਹਿਸੀਲ ਹੈ ਮੰਨ ਲਓ ਪਟਿਆਲਾ ਤਹਿਸੀਲ ਹੀ ਸਿਲੈਕਟ ਕਰਦੇ ਆ ਫਿਰ ਤੁਸੀਂ ਜਿਸ ਵੀ ਡੇਟ ਦੀ ਆਪਣੀ ਅ ਸਰਟੀਫਾਈ ਕਾਪੀ ਦਿੱਤੀ ਹੋਈ ਹੈ ਰਜਿਸਟਰੀ ਨੂੰ ਇੰਤਕਾਲ ਕਰਾਉਣ ਦੇ ਵਾਸਤੇ ਉਹ ਡੇਟ ਪਾ ਕੇ ਫਿਰ ਥੱਲੇ ਜਿਵੇਂ ਵਸੀਕਾ ਨੰਬਰ ਦੇਖ ਰਹੇ ਹਾਂ ਇੱਥੇ ਤੁਸੀਂ ਵਸੀਕਾ ਨੰਬਰ ਪਾਉਣਾ ਹੈ ਵਸੀਕਾ ਨੰਬਰ ਤੋਂ ਪਾ ਕੇ ਉਸ ਤੋਂ ਬਾਅਦ ਤੁਸੀਂ ਥੱਲੇ ਜਿਹੜਾ ਤੁਸੀਂ ਦੇਖ ਰਹੇ ਹੋ ਜਿਹੜਾ ਫਰੈਸ਼ ਦੇ ਨਾਲ ਲਿਖੋ ਇਨਵਰਡ ਲਿਖਿਆ ਕੈਪ ਲੌਕ ਇਹਨਾਂ ਨੂੰ ਤੁਸੀਂ ਰਾਈਟ ਡਾਉਨ ਕਰਨਾ ਹੈ نیچے ਇੱਥੇ ਇਹ ਸਾਰੇ ਰਾਈਟ ਕਰਕੇ ਫਿਰ ਜੇ ਸਰਚ ਕਰੋਗੇ ਜੇ ਫਿਰ ਤੁਹਾਡੀ ਜਿਹੜੀ ਸਾਰੀ ਰਜਿਸਟਰੀ ਦਾ ਸਟੇਟਸ ਤੁਹਾਡੇ ਸਾਹਮਣੇ ਆ ਜਾਏਗਾ ਉਸ ਦੇ ਉੱਪਰ ਤੁਹਾਡਾ ਨਾਮ ਲਿਖਿਆ ਹੋਏਗਾ ਤੁਹਾਡੇ ਨਾਮ ਤੇ ਜਿਹੜੀ ਪ੍ਰਾਪਰਟੀ ਆ ਪਲਾਟ ਜਾਂ ਘਰ ਤੁਹਾਡੇ ਨਾਮ ਤੇ ਟ੍ਰਾਂਸਫਰ ਹੋ ਚੁੱਕਾ ਹੈ ਸੋ ਤੁਸੀਂ ਆਨਲਾਈਨ ਇਸ ਤਰੀਕੇ ਨਾਲ ਆਪਣੀ ਰਜਿਸਟਰੀ ਨੂੰ ਚੈੱਕ ਕਰ ਸਕਦੇ ਹੋ ਸੋ ਜਿਹੜੀ ਹੁਣ ਦੂਸਰੀ ਮੇਨ ਗੱਲ ਹੈ ਤੁਸੀਂ ਰਜਿਸਟਰੀ ਜੇ ਤੁਸੀਂ ਆਪਣੀ ਕੋਈ ਰਜਿਸਟਰੀ ਕਰਾ ਰਹੇ ਹੋ ਤਾਂ ਤੁਹਾਨੂੰ ਕਿਹੜੀਆਂ ਮੇਨ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸੋ ਉਸ ਦੇ ਲਈ ਸਭ ਤੋਂ ਪਹਿਲਾਂ ਜਿਵੇਂ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਤੋ ਇਹ ਸਭ ਤੋਂ ਪਹਿਲਾਂ ਤੁਹਾਨੂੰ ਵਸੀਕਾ ਨੰਬਰ ਚੈੱਕ ਕਰਨਾ ਚਾਹੀਦਾ ਹੈ ਜਿਵੇਂ ਵੀ ਕਿਸੇ ਵੀ ਜੇ ਤੁਸੀਂ ਪ੍ਰੋਪਰਟੀ ਕੋਈ ਖਰੀਦ ਰਹੇ ਹੋ ਕੋਈ ਪਲਾਟ ਖਰੀਦ ਰਹੇ ਹੋ ਤੇ ਸਭ ਤੋਂ ਉੱਪਰ ਪਹਿਲਾਂ ਜਿਵੇਂ ਲਿਖਿਆ ਆ ਕਿਸਮ ਵਸੀਕਾ ਮਾਲੀਅਤ ਬੈਨਨਾਮਾ ਮਕਾਨ ਇਸ ਤਰ੍ਹਾਂ ਸਾਰਾ ਉੱਪਰ ਰਾਈਟ ਡਾਊਨ ਹੋਵੇਗਾ ਪੰਜਾਬੀ ਦੇ ਵਿੱਚ ਸੋ ਜਿਵੇਂ ਬਾਕਸ ਦੇ ਵਿੱਚ ਰੇਖ ਦਿਓ ਜਿੱਥੇ ਬੈਨਨਾਮਾ ਲਿਖਿਆ ਹੈ ਬੈਨਨਾਮੇ ਦਾ ਮਤਲਬ ਇਹ ਹੁੰਦਾ ਹੈ ਬੈਨਨਾਮਾ ਪਲਾਟ ਹੋਏਗਾ ਜਾਂ ਬੈਨਨਾਮਾ ਰਹਿਸ਼ੀ ਹੋਏਗਾ ਸੋ ਇਹ ਜਿਵੇਂ ਘਰ ਦੀ ਰਜਿਸਟਰੀ ਆ ਇਹਤੇ ਬੈ ਨਾਮੇ ਦੇ ਅੱਗੇ ਉਹਨਾਂ ਨੇ ਮਕਾਨ ਰਹਿਸ਼ੀ ਲਿਖਿਆ ਹੋਇਆ ਹੈ ਸੋ ਇਹ ਆਪਾਂ ਤੁਹਾਨੂੰ ਫੋਰ ਐਗਜ਼ਾਮਪਲ ਦਿਖਾ ਰਹੇ ਹਾਂ ਤੇ ਇਸ ਤੋਂ ਬਾਅਦ ਵਾਕਿਆ ਵਾਕੀ ਦਾ ਮੀਨਿੰਗ ਹੈ ਦਾ ਵੀ ਇਹ ਜਿਹੜੀ ਪ੍ਰੋਪਰਟੀ ਪਲਾਟ ਜਾਂ ਜਿਹੜਾ ਘਰ ਆ ਇਹ ਕਿਸ ਏਰੀਏ ਦੇ ਵਿੱਚ ਇਹਦਾ ਐਡਰੈਸ ਕਿਹੜਾ ਹੈ ਤੇ ਉਹ ਐਡਰੈਸ ਲਿਖਿਆ ਜਾਂ ਅਰਬਨ ਸਿਟੀ ਫੇਸ 2 ਪਟਿਆਲਾ ਫਿਰ ਰਕਬਾ ਆ ਜਾਏਗਾ ਰਕਵੇ ਦਾ मीनिंग ਹੁੰਦਾ ਵੀ ਏਰੀਆ ਕਿੰਨਾ ਹੈ ਮੰਨ ਲਓ ਤੁਸੀਂ ਪਲਾਟ ਖਰੀਦ ਰਹੇ ਹੋ ਜਾਂ ਘਰ ਖਰੀਦ ਰਹੇ ਹੋ ਉਹ 150 200 300 400 500 ਕਿੰਨੇ ਗੱਜਾਂ ਤੇ ਜਿਵੇਂ ਇੱਥੇ 500 ਵਰਗ ਗੱਜ ਲਿਖਿਆ ਆ ਇਸ ਤੋਂ ਬਾਅਦ ਫਿਰ ਜਿਹੜਾ ਆ ਜਾਏਗਾ ਏਰੀਆ ਕਵਰਡ ਏਰੀਆ ਕਿੰਨਾ ਆ ਫਿਰ ਕੋਡ ਨੰਬਰ ਆ ਜਾਏਗਾ ਤੁਹਾਡਾ ਕਲੈਕਟਰ ਰੇਟ ਆ ਜਾਏਗਾ ਜਿੰਨੇ ਤੁਸੀਂ ਕਰਾਉਣਾ ਚਾਹੁੰਦੇ ਹੋ ਬਾਕੀ ਥੱਲੇ ਤੁਹਾਡੇ ਪੈਨ ਕਾਰਡ ਦੀ ਡਿਟੇਲ ਆ ਜਾਏਗੀ ਇਸ ਤੋਂ ਬਾਅਦ ਤੁਹਾਡਾ ਮੋਬਾਈਲ ਨੰਬਰ ਵਗੈਰਾ ਈ ਸਟੈਂਪ ਵਗੈਰਾ ਸਾਡੇ ਸਰਟੀਫਿਕੇਟ ਆ ਜਾਣਗੇ ਸੋ ਜਿਹੜੇ ਤੁਸੀਂ ਜਦੋਂ ਵੀ ਰਜਿਸਟਰੀ ਕਰਾਨੀ ਆ ਤੇ ਇਹ ਮੇਕ ਸ਼ੋਰ ਜਰੂਰ ਕਰਨਾ ਹੋਣ ਜਿਵੇਂ ਸਰਕਾਰ ਵੀ ਸਟ੍ਰਿਕਟ ਆ ਆਪਣੇ ਜਿਹੜਾ ਪੈਨ ਨੰਬਰ ਆ ਆਪਣੇ ਜਿਹੜਾ ਟੈਲੀਫੋਨ ਤੁਹਾਡਾ ਨੰਬਰ ਆ ਆਧਾਰ ਕਾਰਡ ਆ ਉਹਦੇ ਜਦੋਂ ਵੀ ਤੁਸੀਂ ਰਜਿਸਟਰੀ ਕਰਾ ਰਹੇ ਹੋ ਤੁਹਾਡਾ ਜਿਹੜਾ ਕੋਈ ਮੀਡਲ ਮੈਨ ਬੰਦਾ ਹੈ ਉਹ ਚੈੱਕ ਕਰੇ ਜਾਂ ਤੁਸੀਂ ਆਪ ਚੈੱਕ ਕਰੋ ਉਹਦੇ ਨੰਬਰ ਸਹੀ ਪਏ ਹੋਣੇ ਚਾਹੀਦੇ ਆ ਨਹੀਂ ਤੇ ਜੇ ਤੁਸੀਂ ਅੱਗੇ ਜਦੋਂ ਸੇਲ ਕਰੋਗੇ ਜਾਂ ਤੁਹਾਨੂੰ ਅੱਗੇ ਤੁਸੀਂ ਲੋਨ ਲੈਣਾ ਆ ਆਪਣੇ ਪਲਾਟ ਤੇ ਜਾਂ ਆਪਣੀ ਕਿਸੇ ਵੀ ਪ੍ਰਾਪਰਟੀ ਤੇ ਤੁਹਾਨੂੰ ਫਿਰ ਕਾਫੀ ਦਿੱਕਤ ਆਏਗੀ ਉਸ ਨੂੰ ਚੇਂਜ ਕਰਾਉਣ ਚ ਸੋ ਦੂਸਰੀ ਜਿਹੜੀ ਮੇਨ ਚੀਜ਼ ਜੀ ਚੈੱਕ ਕਰਨੀ ਆ ਉਹ ਤੁਸੀਂ ਨਾਮ ਚੈੱਕ ਕਰਨਾ ਆ ਜਿਸ ਬੰਦੇ ਤੁਸੀਂ ਲੈ ਰਹੇ ਹੋ ਤੇ ਉਹਦਾ ਆਧਾਰ ਕਾਰਡ ਜਰੂਰ ਚੈੱਕ ਕਰੋ ਉਸ ਦਾ ਪੈਨ ਕਾਰਡ ਵੀ ਚੈੱਕ ਕਰੋ ਜੋ ਆਧਾਰ ਕਾਰਡ ਦੇ ਉੱਪਰ ਨਾਮ ਹੈਗਾ ਪੈਨ ਕਾਰਡ ਦੇ ਉੱਪਰ ਜੋ ਨਾਮ ਆ ਤੇ ਜੋ ਰਜਿਸਟਰੀ ਦੇ ਵਿੱਚ ਦੇਖ ਰਹੇ ਹੋ ਤੇ ਵੀ ਉਹ ਨਾਮ ਸੇਮ ਨੇ ਉਸ ਤੋਂ ਬਾਅਦ ਤੀਸਰਾ ਜਿਹੜਾ ਮੇਨ ਸਟੈਪ ਹੋਏਗਾ ਤੀਸਰਾ ਮੇਨ ਸਟੈਪ ਇਹ ਆ ਵੀ ਜਿਵੇਂ ਮੰਨ ਲਓ ਤੁਸੀਂ ਕੋਈ ਰੈਸ਼ੀ ਮਕਾਨ ਲੈ ਰਹੇ ਹੋ ਜਾਂ ਪਲਾਟ ਲੈ ਰਹੇ ਹੋ ਤਾਂ ਉਸ ਦੇ ਚਾਰੋਂ ਤਰਫ ਦੀਆਂ ਜਿਹੜੀਆਂ ਨੇ ਏਰੀਆ ਜਿਹੜੀਆਂ ਡਾਈਮੈਂਸ਼ਨ ਨੇ ਉਹ ਕਲੀਅਰ ਐਕਸਪਲੇਨ ਹੋਣੀਆਂ ਚਾਹੀਦੀਆਂ ਨੇ ਮੰਨ ਲਓ ਕੋਈ ਜਿਵੇਂ ਘਰ ਆ ਇੱਕ ਪਲਾਟ ਆ ਜਾਂ ਘਰ ਆ ਕੋਈ ਉਸ ਦੀ ਰਾਈਟ ਹੈਂਡ ਸਾਈਡ ਤੇ ਘਰ ਆ ਜਾਂ ਖਾਲੀ ਪਲਾਟ ਆ ਉਸ ਦੀ ਲੈਫਟ ਹੈਂਡ ਸਾਈਡ ਤੇ ਪਲਾਟ ਆ ਜਾਂ ਖਾਲੀ ਘਰ ਆ ਉਸ ਦੀ ਬੈਕ ਸਾਈਡ ਤੇ ਪਲਾਟ ਆ ਜਾਂ ਘਰ ਆ ਜਾਂ ਰੋਡ ਆ ਉਸ ਦੇ ਫਰੰਟ ਦੇ ਉੱਪਰ ਰੋਡ ਆ ਇਹ ਕਿਹੜੀ ਚੀਜ਼ ਆ ਉਹ ਸਾਰੀ ਵਿੱਚ ਇਹਦੇ ਬਿਕਾਇਦਾ ਤੀਜੇ ਨੰਬਰ ਤੇ ਲਿਖੀ ਹੋਣੀ ਚਾਹੀਦੀ ਜਿਵੇਂ ਜਿਵੇਂ ਸਕਰੀਨ ਤੇ ਦੇਖ ਰਹੇ ਹੋ ਜਿਵੇਂ ਇਸ ਦੇ ਵਿੱਚ ਲਿਖਿਆ ਆ ਨਾਲ ਦੋਨੋਂ ਸਾਈਡਾਂ ਤੇ ਮਕਾਨ ਨੇ ਫਰੰਟ ਤੇ 50 ਫੁੱਟ ਰੋਡ ਆ ਜੀ ਇਸੇ ਤਰ੍ਹਾਂ ਸੋ ਜਿਹੜਾ ਇਸ ਤੋਂ ਬਾਅਦ ਚੌਥਾ ਮੇਨ ਪੁਆਇੰਟ ਆ ਉਸ ਦੇ ਵਿੱਚ ਤੁਸੀਂ ਜੋ ਵੀ ਬਿਆਨਾਂ ਕੀਤਾ ਹੋਏਗਾ ਜਿੰਨਾ ਵੀ ਬਿਆਨਾਂ ਕੀਤਾ ਚੈੱਕ ਰੈਂਗ ਕੀਤਾ ਜਾਂ ਜੋ ਵੀ ਆ ਉਹ ਚੈੱਕ ਨੰਬਰ ਪਏ ਹੋਣੇ ਚਾਹੀਦੇ ਜਿੰਨੇ ਬਿਆਨੇ ਦੀ ਅਮਾਉਂਟ ਦਿੱਤੀ ਹੈ ਬਾਕੀ ਰਹਿੰਦੀ ਅਮਾਉਂਟ ਦੇ ਜਿਹੜਾ ਵੀ ਡੀਡੀ ਦੇ ਰਹੇ ਹੋ ਆਰਟੀਐਸ ਕਰਾ ਰਹੇ ਹੋ ਤੇ ਉਸ ਦੇ ਜਿਹੜਾ ਵੀ ਨੰਬਰ ਹੈ ਬੈਂਕ ਨੰਬਰ ਹੈ ਜਿਹੜਾ ਵੀ ਸਾਰਾ ਉਹ ਬਿਲਕੁਲ ਉਸ ਦੇ ਵਿੱਚ ਰਾਈਟ ਡਾਉਨ ਕਰਨਾ ਹੈ ਉਸ ਨੂੰ ਧਿਆਨ ਨਾਲ ਪੜ੍ਹਨਾ ਹੈ ਉਸ ਦੇ ਵਿੱਚ ਕੋਈ ਮਿਸਟੇਕ ਨਾ ਹੋਵੇ ਸੋ ਇਸ ਤੋਂ ਬਾਅਦ ਫਿਰ ਤੁਸੀਂ ਜਿਸ ਦੇ ਨਾਮ ਤੇ ਤੁਸੀਂ ਮੰਨ ਲਓ ਆਪਣੇ ਨਾਮ ਤੇ ਰਜਿਸਟਰੀ ਕਰਾ ਰਹੇ ਹੋ ਜਾਂ ਆਪਣੀ ਵਾਈਫ ਦੇ ਨਾਮ ਤੇ ਕਰਾ ਰਹੇ ਹੋ ਸਿੰਗਲ ਕਰਾ ਰਹੇ ਹੋ ਤਾਂ ਸਿੰਗਲ ਤੇ ਜੇ ਡਬਲ ਕਰਾ ਰਹੇ ਹੋ ਦੋ ਬੰਦੇ ਜੁਆਇੰਟ ਰਜਿਸਟਰੀ ਕਰਾ ਰਹੇ ਹੋ ਤਾਂ ਜੁਆਇੰਟ ਬੰਦਿਆਂ ਦੇ ਨਾਮ ਉਸਦੇ ਸਾਰੇ ਪ੍ਰੂਫ ਵਗੈਰਾ ਤੁਹਾਨੂੰ ਉਦੋਂ ਮੇਕ ਸ਼ੂਰ ਕਰੋ ਸਾਰੇ ਚੈੱਕ ਕਰ ਲਓ ਇਸ ਤੋਂ ਬਾਅਦ ਜਿਹੜਾ ਦੂਸਰੇ ਨੰਬਰ ਤੇ ਤੁਸੀਂ ਧਿਆਨ ਕਰਨਾ ਹੈ ਉਹ ਆਪਣਾ ਸਾਰੇ ਐਡਰੈਸ ਵਗੈਰਾ ਜਿਹਨੇ ਜਿਹੜੇ ਸਾਰੇ ਜਿੰਨੀ ਡਿਟੇਲ ਹੈ ਜਿੰਨੀ amount ਤੁਸੀਂ ਟੋਟਲ ਦੇ ਰਹੇ ਹੋ ਉਸ ਚੀਜ਼ ਦਾ ਧਿਆਨ ਕਰਨਾ ਉਸ ਤੋਂ ਬਾਅਦ ਸਾਰੇ ਜਿਹੜੇ ਬਾਕੀ ਪੁਆਇੰਟ ਹੁੰਦੇ ਨੇ ਉਹ ਨਾਰਮਲ ਪੁਆਇੰਟ ਹੁੰਦੇ ਆ ਜੀ ਫਿਰ ਇਸ ਤੋਂ ਬਾਅਦ ਤੁਸੀਂ ਲਾਸਟ ਪੇਜ ਤੇ ਜਾ ਕੇ ਜਿਵੇਂ ਤੁਸੀਂ ਦੇਖ ਰਹੇ ਹੋ ਇਹ ਲਾਸਟ ਪੇਜ ਹੋਊਗਾ ਜਿੱਥੇ ਤੁਹਾਡੀਆਂ ਫੋਟੋਆਂ ਹੋਣਗੀਆਂ ਸੋ ਆਪਾਂ ਇਹ ਫੋਟੋਆਂ ਨੂੰ ਥੋੜਾ ਜਿਹਾ ਬਲਰ ਕੀਤਾ ਹੈ ਕਿਸੇ ਦੀ ਰਜਿਸਟਰੀ ਹੈ ਪਰ ਇੱਥੇ ਜਿਹੜੇ ਫੋਟੋਆਂ ਹੁੰਦੀਆਂ ਨੇ ਜਿਹੜੀ ਬੈਕ ਸਾਈਡ ਹੁੰਦੀ ਹੈ ਲਾਸਟ ਉਸ ਦੇ ਵਿੱਚ ਤੁਹਾਡੀ ਸਾਰੀ ਡਿਟੇਲ ਆ ਜਾਂਦੀ ਹੈ ਮੰਨ ਲਓ ਤਾਂ ਮੈਂ ਯੂਮ ਕਰਕੇ ਦਿਖਾ ਰਹੇ ਹਾਂ ਜਿਸ ਦੇ ਉੱਪਰ ਜਿਵੇਂ ਤੁਸੀਂ ਉੱਪਰ ਸਰ ਬਿਲਕੁਲ ਦੇਖ ਰਹੇ ਹੋ ਇਹਦੀ ਵੈਲਿਊ ਕਿੰਨੀ ਆ ਕਿੰਨੀ ਕੀਮਤ ਆ ਇਸ ਸਟੈਂਪ ਡਿਊਟੀ ਕਿੰਨੀ ਆ ਰਜਿਸਟ੍ਰੇਸ਼ਨ ਫੀਸ ਕਿੰਨੀ ਲੱਗੀ ਆ ਜੀ ਇਸ ਤੋਂ ਬਾਅਦ ਇਸ ਦੀ ਪੇਸਟਿੰਗ ਫੀਸ ਕਿੰਨੀ ਹੋਈ ਆ ਫਿਰ ਟਾਈਪ ਆਫ ਲੈਂਡ ਇਹ ਕਿਹੜੀ ਆ ਰੈਜੀਡੈਂਸ਼ੀਅਲ ਆ ਪਲਾਟ ਆ ਕਮਰਸ਼ੀਅਲ ਆ ਕਿਹੜੀ ਪ੍ਰਾਪਰਟੀ ਆ ਫਿਰ ਉਸ ਤੋਂ ਬਾਅਦ ਏਰੀਆ ਆਫ ਇਹਦਾ ਏਰੀਆ ਕਿੰਨਾ ਹੈ ਕਿੰਨੀ ਇਸ ਦੀ 150 200 ਜਾਂ 500 ਗਾਜ ਜੋ ਵੀ ਆ ਇਸ ਤੋਂ ਬਾਅਦ ਇਸ ਦਾ ਸਿਚੁਏਟਿਡ ਕਿੱਥੇ ਆ ਇਸ ਦੀ ਲੋਕੇਸ਼ਨ ਕੀ ਐ ਐਡਰੈਸ ਕੀ ਐ ਇਹ ਸਾਰੀ ਚੀਜ਼ਾਂ ਤੋਂ ਬਾਅਦ ਇਸ ਦੀ نیچے ਜਾ ਕੇ ਵੀ ਤੁਸੀਂ ਚੈੱਕ ਕਰੋਗੇ ਜਾਂ ਆਪਾਂ ਤੁਹਾਨੂੰ ਪਹਿਲਾਂ نیچے لے ਜਾ ਕੇ ਦੇਖਦੇ ਗਵਾਹਾਂ ਦੇ ਨਾਮ ਜਿਹੜੇ ਤੁਹਾਡੇ ਗਵਾਹ ਨੇ ਉਹਨਾਂ ਦੇ ਵੀ ਨਾਮ ਹੋਣੇ ਚਾਹੀਦੇ ਆ ਫਿਰ نیچے ਜਾ ਕੇ ਤੁਸੀਂ ਦੇਖ ਰਹੇ ਆ ਆਪਾਂ ਤੁਹਾਨੂੰ ਜ਼ੂਮ ਕਰਕੇ ਦਿਖਾ ਰਹੇ ਆ ਵਸੀਕਾ ਨੰਬਰ ਥੱਲੇ ਇਹ ਵਸੀਕਾ ਨੰਬਰ ਹੁੰਦਾ ਜਿਹਨੂੰ ਆਪਾਂ ਬਲਰ ਕੀਤਾ ਹੈ ਇਹ ਵਸੀਕਾ ਨੰਬਰ ਦੇ ਨਾਮ ਹੋਊਗਾ ਇਹ ਬਹੁਤ ਜ਼ਰੂਰੀ ਚੀਜ਼ ਆ ਜੇ ਤੁਸੀਂ ਕੱਲ ਨੂੰ ਆਪਣੇ ਕੋਈ ਵੀ ਰਜਿਸਟਰੀ ਆਪਣੀ ਜਵਾਂ ਮੰਦੀ ਕਢਵਾਉਣਾ ਚਾਹੁੰਦੇ ਹੋ ਆਪਣੇ ਕੋਈ ਫਰਦ ਕਢਵਾਉਣਾ ਚਾਹੁੰਦੇ ਹੋ ਤੇ ਵਸੀਕਾ ਨੰਬਰ ਦੇ ਨਾਲ ਹੀ ਨਿਕਲੇਗੀ ਸੋ ਇਹ ਮੇਕ ਸ਼ੁਰ ਕਰ ਲਓ ਅਦਵਾ ਸੀਕਾ ਨੰਬਰ ਧਿਆਨ ਨਾਲ ਤੁਸੀਂ ਪੜ੍ਹ ਲਓ ਆਪਦੇ ਕੋਲ ਰੱਖੋ ਜੇ ਕੋਈ ਵੀ ਆਪਦੀ ਪ੍ਰਾਪਰਟੀ ਚੈੱਕ ਕਰਨਾ ਜਾਂਦੇ ਜਿਵੇਂ ਆਪਾਂ ਸਟਾਰਟਿੰਗ ਚ ਦੱਸਿਆ ਤੁਸੀਂ ਜਦੋਂ ਆਪਦਾ ਇੰਤਕਾਲ ਕਰਵਾਓਗੇ ਤੇ ਇੰਤਕਾਲ ਕਰਾਉਣ ਤੋਂ ਬਾਅਦ ਜਦੋਂ ਆਪਦੇ ਆਨਲਾਈਨ ਪ੍ਰਾਪਰਟੀ ਚੈੱਕ ਕਰੋਗੇ ਸਾਈਟ ਤੇ ਜਾ ਕੇ ਪੀ ਐਲ ਆਰ ਐਸ ਦੇ ਉੱਪਰ ਤਾਂ ਉੱਥੇ ਵੀ ਵਸੀਕਾ ਨੰਬਰ ਪਾਉਣਾ ਤੇ ਵਸੀਕਾ ਨੰਬਰ ਪਾ ਕੇ ਹੀ ਤੁਸੀਂ ਆਪਣੀ ਜਿਹੜੀ ਸਟੇਟਸ ਆ ਉਹ ਜਾਣ ਸਕਦੇ ਹੋ ਪ੍ਰਾਪਰਟੀ ਤੁਹਾਡੇ ਨਾਮ ਤੇ ਟ੍ਰਾਂਸਫਰ ਹੋ ਗਈ ਹੈ ਕਿ ਨਹੀਂ ਸੋ ਇਹ ਆਪਾਂ ਇੱਕ ਅਪਡੇਟ ਸੀ ਕਿ ਕਾਫੀ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਆਪਣੇ ਨਾਉਨ ਨੇ ਉਹਨਾਂ ਨੇ ਆਪ ਨੂੰ ਪੁੱਛ ਰਹੇ ਸੀਗੇ ਵੀ ਕੁਝ ਗੱਲਾਂ ਨੇ ਉਹਨਾਂ ਕੋਲ ਦਿੱਕਤ ਆਉਂਦੀ ਆ। ਕਈ ਵਾਰ ਮੀਡਲਮੈਨ ਬੰਦੇ ਵੀ ਮਿਸਟੇਕ ਕਰ ਜਾਂਦੇ ਆ। ਕਈ ਵਾਰੀ ਬਾਈ ਮਿਸਟੇਕ ਵੀ ਹੋ ਜਾਂਦੀ ਆ ਰਜਿਸਟਰੀ ਕਰਾਉਣ ਦੇ ਵੇਲੇ। ਸਵੇ ਜਿਹੜੀਆਂ ਛੋਟੀਆਂ-ਛੋਟੀਆਂ ਗੱਲਾਂ ਨੇ ਪਰ ਬਹੁਤ ਜ਼ਰੂਰੀ ਗੱਲਾਂ ਨੇ ਰਜਿਸਟਰੀ ਕਰਾਉਣ ਵੇਲੇ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਆ। ਤੁਸੀਂ ਜੇ ਪ੍ਰਾਪਰਟੀ ਦੇ ਰਿਗਾਰਡਿੰਗ ਜਾਂ ਰਜਿਸਟਰੀ ਦੇ ਰਿਗਾਰਡਿੰਗ ਕੋਈ ਹੋਰ ਅਪਡੇਟ ਲੈਣਾ ਚਾਹੁੰਦੇ ਹੋ ਕਿਸੇ ਹੋਰ ਟੌਪਿਕ ਦੇ ਉੱਪਰ ਤਾਂ ਤੁਸੀਂ ਆਪਣੇ YouTube ਦੇ ਕਮੈਂਟ ਬਾਕਸ ਦੇ ਵਿੱਚ ਆ ਕੇ ਵੀ ਆਪਣਾ ਸੰਪਰਕ ਕਰ ਸਕਦੇ ਹੋ ਆਪਾਂ ਨੰਬਰ ਰਾਈਟ ਡਾਊਨ ਕੀਤਾ ਹੈ ਸਕਰੀਨ ਦੇ ਉੱਪਰ ਤੇ ਥਰੂ WhatsApp ਵੀ ਆਪਣਾ ਸੰਪਰਕ ਕਰ ਸਕਦੇ ਹੋ ਜੇ ਤੁਸੀਂ ਆਪਣੀ ਕੋਈ ਪ੍ਰਾਪਰਟੀ ਕਮਰਸ਼ੀਅਲ ਰੈ residențial ਐਗਰੀਕਲਚਰ ਪ੍ਰਾਪਰਟੀ ਕੋਈ ਸੇਲ ਪਰਚੇਜ਼ ਕਰਨਾ ਚਾਹੁੰਦੇ ਹੋ ਕੋਈ ਲੀਸ ਤੇ ਦੇਣਾ ਚਾਹੁੰਦੇ ਹੋ ਤਾਂ ਉਸ ਦੇ ਰਿਗਾਰਡਿੰਗ ਵੀ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਸੋ ਆਪਣੇ ਚੈਨਲ ਦੇ ਉੱਪਰ ਆਪਣੀ ਵੀਡੀਓ ਨੂੰ ਦੇਖਣ ਦੇ ਲਈ ਸਭ ਦਾ ਧੰਨਵਾਦ ਸਭ ਨੂੰ ਰਿਕਵੈਸਟ ਹੈ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਆਪਣਾ ਚੈਨਲ ਹੁਣ ਤੱਕ ਸਬਸਕ੍ਰਾਈਬ ਕਰ ਲਿਆ ਤਾਂ ਉਸ ਦੇ ਨਾਲ ਜੁਆਇਨ ਦੀ ਆਪਸ਼ਨ ਹੈ ਜਿਹੜੀ ਤੁਸੀਂ نیچے ਦੇਖ ਰਹੇ ਹੋ ਸਕਰੀਨ ਤੇ ਤੇ ਜੁਆਇਨ ਤੇ ਜਾ ਕੇ ਤੁਸੀਂ ਸਾਡੀ ਸਪੋਰਟ ਵੀ ਕਰ ਸਕਦੇ ਹੋ ਸੋ ਸਭ ਦਾ ਧੰਨਵਾਦ